केपीडी न्यूज हक सच और इंसाफ की आवाज। जलंधर दे होटल रमाडा विखे पंजाबी फिल्म मिस्टर एंड मिसेस 420 रिटर्न्स दी स्टार कास्ट तो मुख कलाकार रंजीत बावा पत्रकारा दे रूबरू होए। इस मौके उन्होंने फिल्म बारे अपने किरदार अते फिल्म दे बारे अपने तजर्बे मीडिया नाल सांझे कीते। उन्हां दस्या कि यह फिल्म मिस्टर एंड मिसेस 420 दा सीक्वल है अते 15 अगस्त नूं यह फिल्म सिनेमाघरां दा शिंगार बनन जा रही है। फिल्म दे मुख किरदारां विच रंजीत बावा, जस्सी गिल, अवंतिका हुंदल, पायल राजपूत, जसविंदर भल्ला, करमजीत अनमोल, गुरप्रीत घुग्गी, अनीता देवगन, गुरमीत साजन अते हरदीप गिल आदि नज़र आउणगे। ये एक कॉमेडी फिल्म है अते दर्शक सिनेमाघरां विच हस हस के लोटपोट हो जाणगे। जलंधर तो सुखविंदर सिंह अते जवेश गिल दी रिपोर्ट। ਰਣਜੀਤ ਬਾਵਾ ਵੱਲੋਂ ਅਸੀਂ ਅੱਜ ਪਹੁੰਚੇ ਹੋਏ ਹਾਂ ਜਲੰਧਰ ਸਾਰੇ ਮੀਡੀਆ ਦੇ ਸਾਹਮਣੇ। ਸਾਡੀ ਫਿਲਮ ਆ ਰਹੀ ਹੈ ਜੀ ਇਸ ਬੁੱਧਵਾਰ 15 ਅਗਸਤ ਨੂੰ। ਪਹਿਲੀ ਮੂਵੀ ਆ ਪੰਜਾਬੀ ਜਿਹੜੀ ਕਿ ਬੁੱਧਵਾਰ ਰਿਲੀਜ਼ ਹੋ ਰਹੀ ਆ, ਔਰ ਸਾਨੂੰ ਥੋੜ੍ਹਾ ਜਿਹਾ ਇਹਦਾ ਫਾਇਦਾ ਵੀ ਮਿਲ ਗਿਆ ਕਿਉਂਕਿ ਐਤਵਾਰ ਤੱਕ ਸਾਨੂੰ ਲਗਾਤਾਰ ਛੁੱਟੀਆਂ ਕਰਕੇ ਜਿਹੜਾ ਆ ਕਿ ਸਾਡੀ ਮੂਵੀ ਨੂੰ ਲੰਬਾ ਟਾਈਮ ਮਿਲੂਗਾ। ਔਰ ਇਹ ਪਹਿਲੀ ਪੰਜਾਬੀ ਮੂਵੀ ਆ ਜਿਹੜੀ ਬੁੱਧਵਾਰ ਰਿਲੀਜ਼ ਅਸੀਂ ਕਰ ਰਹੇ ਹਾਂ। ਬਹੁਤ ਚੰਗੀ ਇੱਕ ਫੈਮਿਲੀ ਮੂਵੀ ਆ। ਮੇਰੇ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਜੀ, ਜਸਵਿੰਦਰ ਭੱਲਾ ਜੀ, ਕਰਮਜੀਤ ਰਮੋਲ ਜੀ, ਜੱਸੀ ਗਿੱਲ ਹੀਰੋਇਨ ਹੈਗੀਆਂ, ਅਵੰਤਿਕਾ ਔਰ ਰਾਜਪੂਤ, ਪਾਇਲ ਔਰ ਅਨੀਤਾ ਦੇਵਗਨ ਜੀ, ਰੁਪਾਲੀ ਗੁਪਤਾ ਜੀ, ਇਹਨਾਂ ਦਾ ਡੈਬਿਊ ਆ ਮੂਵੀ ਦੇ ਵਿੱਚ। ਔਰ ਨਰੇਸ਼ ਕਦੂਰੀਆ ਜੀ ਦੀ ਫਿਲਮ ਲਿਖੀ ਹੋਈ ਹੈ, ਸ਼ਿਤੀ ਚੌਧਰੀ ਉਹਨਾਂ ਨੇ ਇਹ ਫਿਲਮ ਰਿਲੀਜ਼ ਡਾਇਰੈਕਟ ਕੀਤੀ ਆ। ਔਰ ਇਹ ਸੀਕੁਅਲ ਆ ਮੂਵੀ ਦਾ। ਇਸ ਤੋਂ ਪਹਿਲਾਂ 4 ਸਾਲ ਪਹਿਲਾਂ 420 ਜਿਹੜੀ ਉਹ ਪਹਿਲੀ ਮੂਵੀ ਆਈ ਸੀ, ਸੇਮ ਟੀਮ ਆ। ਸੋ ਸਾਨੂੰ ਇਸ ਮੂਵੀ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਲਾਈਕ ਅਸੀਂ ਬਹੁਤ ਕਰਮਾਂ ਵਾਲੇ ਹਾਂ, ਲੱਕੀ ਹਾਂ ਕਿ ਚੰਗੀ ਟੀਮ ਦੇ ਨਾਲ ਜੁੜਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਅਸੀਂ ਭਾਅ ਜੀ ਉਹਨਾਂ ਨਾਲ ਵੇਖ ਬਰਾਤਾਂ ਚੱਲੀਆਂ ਕੀਤੀ ਸੀ। ਸੋ ਬਹੁਤ ਇੱਕ ਚੰਗੀ ਫੈਮਿਲੀ ਹਲਕੀ ਫੁਲਕੀ ਮੂਵੀ ਆ। ਔਰ ਮੈਂ ਇਹ ਪ੍ਰੋਮਿਸ ਕਰਦਾ ਕਿ ਤੁਸੀਂ ਜਿੰਨਾ ਚਿਰ ਸਿਨੇਮੇ 'ਚ ਹੋਵੋਗੇ ਹੱਸ ਹੱਸ ਕੇ ਲੋਟਪੋਟ ਕਰਨ ਵਾਲੀ ਮੂਵੀ ਆ। ਔਰ ਜ਼ਰੂਰ ਬੁੱਧਵਾਰ ਨੂੰ ਸਿਨੇਮਾ ਦੇ ਵਿੱਚ ਫਿਲਮ ਵੇਖਣ ਜਾਓ ਔਰ ਆਪਣੇ ਜਿਹੜਾ ਸਟ੍ਰੈਸ ਆ ਉਹਨੂੰ ਦੂਰ ਕਰੋ। ਇਸ ਫਿਲਮ ਵਿੱਚ ਤੁਹਾਡਾ ਕੀ ਰੋਲ ਹੈ? ਮੇਰਾ ਕਰੈਕਟਰ ਆ ਜੀ ਲਾਡੀ ਨਾਂ ਦਾ ਕਰੈਕਟਰ ਆ, ਜਿਹੜੀਆਂ ਥੋੜ੍ਹੀਆਂ ਆਦਤਾਂ ਵਿਗੜੀਆਂ ਹੋਈਆਂ, ਪਰਿਵਾਰ ਦਾ ਵਿਗੜਿਆ ਜਿਹਾ ਮੁੰਡਾ ਆ। ਔਰ ਉਹਦਾ ਕਿਤੇ ਵਿਆਹ ਨਹੀਂ ਹੁੰਦਾ, ਰਿਸ਼ਤਾ ਨਹੀਂ ਹੁੰਦਾ ਥੋੜ੍ਹਾ ਬਹੁਤਾ ਨਸ਼ਿਆਂ ਕਰਕੇ, ਔਰ ਕਿੱਦਾਂ ਉਹ ਮਤਲਬ ਹੀਲਾ ਕਰਦਾ ਆ, ਆਪਣੇ ਵਿਆਹ ਕਰਾਉਂਦਾ ਆ, ਕਿੱਦਾਂ ਬਹਾਨੇ ਲਾ ਲਾ ਕੇ ਜਾਂ ਜਗਾੜ ਲਾ ਲਾ ਕੇ, ਔਰ ਕਿੱਦਾਂ ਆਪਣੀ ਜ਼ਮੀਨ ਵਾਪਸ ਲੈਣੀ ਚਾਹੁੰਦਾ। ਸੋ ਉਹ ਇੱਕ ਕਰੈਕਟਰ ਆ ਜਿਹੜਾ ਕਿ ਘਰਦਿਆਂ ਦਾ ਸਤਾਇਆ ਹੋਇਆ ਮੁੰਡਾ ਹੈ, ਨੌਜਵਾਨ। ਮਾਪੇ ਕਹਿੰਦੇ ਨੂੰ ਲੈ ਨੀ ਚੰਨ ਵਰਗੀ, ਆ ਜਾ ਮੇਰੇ ਮਾਪਿਆਂ ਦਾ ਚੰਨ ਬਣ ਜਾ। ਬਹੁਤ ਇੱਕ ਵਧੀਆ ਫੈਮਿਲੀ ਮੂਵੀ ਆ। ਅੱਜ ਦੇ ਦੌਰ 'ਚ ਜਿੰਨਾ ਸਟ੍ਰੈਸ ਆ ਹਰ ਇਨਸਾਨ ਨੂੰ ਮਿਲਣਾ, ਇਹਦੇ ਸਟ੍ਰੈਸ ਨੂੰ ਦੂਰ ਕਰਨ ਲਈ ਇਹਨਾਂ ਦੀਆਂ ਕਿੰਨੀਆਂ ਮੈਸੇਜ ਵਾਲੀ ਕਿਹਨੂੰ ਆਈਆਂ। ਚਲੋ ਆਪਣਾ ਤਾਂ ਕੰਮ ਹੈ, ਤੁਸੀਂ ਪ੍ਰੈਸ ਵਾਲੇ ਵੇਖ ਕੇ ਆਓਗੇ, ਆਮ ਪਬਲਿਕ ਕਿੰਨੀ ਕੁ ਚਲੀ ਗਈ ਵੇਖਣ। ਉਹਦੇ ਬਾਵਜੂਦ ਕਿਉਂਕਿ ਮੈਸੇਜ ਵੇਖਣ ਕੋਈ ਨਹੀਂ ਹੋਏ ਨੇ ਬੰਦੇ ਦੇ, ਉਹ ਆਪਾਂ ਵਿਖਾ ਕੇ ਚੱਲੇ, ਲੇਕਿਨ ਕਿੱਥੇ ਵੀ ਅਸੀਂ ਇਹਨੂੰ ਮੈਸੇਜ ਨਹੀਂ ਕੀਤਾ ਕਿ ਦੇਖੋ ਨਸ਼ੇ ਛੱਡੋ, ਨਸ਼ੇ ਕਰੋ, ਕਿਉਂਕਿ ਅਸੀਂ ਲੋਕ ਸਭ ਬੰਦੇ ਸਿਆਣੇ ਨੇ ਜੀ। ਅਸੀਂ ਕਿਉਂਕਿ ਮੈਸੇਜ ਲੈ ਕੇ ਆਉਂਦਾ ਬੰਦਾ, ਉਹ 3 ਘੰਟੇ ਯਾਦ ਰੱਖਦਾ, ਦੂਜੇ ਦਿਨ ਭੁੱਲਿਆ ਉਹਦਾ ਕੀ ਵੇਖਿਆ। ਇਹ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।